ਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਸੈਜੂਕੇਸ਼ਨਲ YouTube ਚੈਨਲ ਤੇ ਅੱਜ ਦੀ ਇਸ ਵੀਡੀਓ ਵਿੱਚ ਬੇਟਾ ਆਪਾਂ ਹੱਲ ਕਰਾਂਗੇ ਤੁਹਾਡੇ ਲਈ ਮੈਰੀਟੋਰੀਅਸ ਐਂਟ੍ਰਾਂਸ ਐਗਜ਼ਾਮ ਜਿਹੜਾ ਕਿ ਅੱਜ ਹੋਇਆਗਾ ਤੇ ਉਮੀਦ ਕਰਦੇ ਹਾਂ ਬੇਟਾ ਇਹ ਪੇਪਰ ਤੁਹਾਡਾ ਵਧੀਆ ਹੋਇਆ ਹੋਣਾ ਕਿਉਂਕਿ ਈਜ਼ੀ ਸੀਗਾ ਪੇਪਰ ਥੋੜਾ ਸਮਝ ਕੇ ਕਰਨ ਵਾਲਾ ਪੇਪਰ ਸੀ ਤਾਂ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਮੈਥ ਪੋਰਸ਼ਨ ਹੱਲ ਕਰਾਂਗੇ ਸਾਰੇ ਪੋਰਸ਼ਨ ਆਪਾਂ ਹੱਲ ਕਰਾਂਗੇ ਬੇਟਾ ਸਾਇੰਸ ਵੀ ਕਰਾਂਗੇ ਅਗਲੀ ਵੀਡੀਓ ਦੇ ਵਿੱਚ ਇੰਗਲਿਸ਼ ਵੀ ਠੀਕ ਹੈ ਸਾਰੇ ਪੋਰਸ਼ਨ ਤੁਹਾਨੂੰ ਇਸੇ ਚੈਨਲ ਦੇ ਥਰੂ ਮਿਲ ਜਾਣਗੇ ਆਪਣੇ ਅੰਕਾਂ ਦਾ ਬਲਾਨ ਬੇਟਾ ਤੁਸੀਂ ਜ਼ਰੂਰ ਕਰਨਾ ਕਮੈਂਟ ਕਰਕੇ ਜ਼ਰੂਰ ਦੱਸੋਗੇ ਵੀ ਮੈਥ ਪੋਰਸ਼ਨ ਦੇ ਜਿਹੜੇ 35 ਕੁਐਸਚਨ ਤੁਹਾਨੂੰ ਆਏ ਸੀ ਤੁਹਾਡੇ ਕਿੰਨੇ ਅੰਕੇ ਦੇ ਵਿੱਚੋਂ ਬੰਦੇ ਆ ਠੀਕ ਹੈ ਬੇਟਾ ਫਸਟ ਹੈ ਅਰਧ ਵਿਆਸ r ਵਾਲੇ ਚੱਕਰ ਦਾ ਘੇਰਾ ਡੈਸ਼ ਹੋਏਗਾ ਸਰਕਮਫਰੈਂਸ ਆਫ ਸਰਕਲ ਵਿਦ ਰੇਡੀਅਸ r ਇਸ ਕਿੰਨਾ ਹੋਏਗਾ ਵੀ ਘੇਰਾ ਚੱਕਰ ਦਾ 2 ਪਾਈ r 2 3 4 ਦਾ ਮੱਧਮਾਨ ਕੀ ਹੈ ਮੀਨ ਆਫ 2 3 ਐਂਡ 4 ਜੋੜ ਕਰਕੇ ਕਿੰਨਾ ਭਾਗ ਕਰਨੀ ਸੀ 3549 3 ਨਾਲ ਭਾਗ ਕਰਾਂਗੇ ਕਿੰਨਾ ਆਜੂਗਾ 3 3 ਆਜੂਗਾ ਜੇਕਰ ABC ਸਰਵੰਗਸਮ ਤ੍ਰਿਭਜ DEF ਹੈ ਤਾਂ کون A ਕੀ ਦੇ ਬਰਾਬਰ ਹੋਊਗਾ کون D ਦੇ ਠੀਕ ਹੈ A کون D ਦੇ ਬਰਾਬਰ ਹੋ ਜਾ ਜੇਕਰ θ ਦਾ ਮੁੱਲ ਵਧਦਾ ਹੈ ਤਾਂ cos θ ਦਾ ਮੁੱਲ ਘਟਦਾ ਹੈ ਇਫ ਦਾ ਵੈਲਿਊ ਆਫ θ ਇਨਕਰੀਸਸ ਦਨ cos θ ਡਿਕਰੀਸਸ ਠੀਕ ਹੈ ਘਟਦਾ ਹੈ ਨੈਕਸਟ ਦੋ ਲਗਾਤਾਰ ਅਪਾਜ ਸੰਖਿਆਵਾਂ ਦਾ ਮਮਾ ਸੱਸਾ ਬਾਵਾ ਕੀ ਹੁੰਦਾ ਹੈ ਵਾਟ ਇਜ਼ ਦਾ ਐਸ ਸੀ ਐਫ ਟੂ ਕੰਸੈਕਿਟਿਵ ਪ੍ਰਾਈਮ ਨੰਬਰਸ ਕੀ ਹੁੰਦਾ ਵੀ 1 ਠੀਕ ਹੈ ਚੱਕਰੀ ਚਤੁਰਪੋਜ ਦੇ ਸਾਰੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਵਾਟ ਇਜ਼ ਦਾ ਸਮ ਆਫ ਆਲ ਐਂਗਲਸ ਆਫ ਸਾਈਕਲਿਕ ਕੁਆਡਰੀਲੇਟਰ ਕੁਆਡਰੀਲੇਟਰ ਕੋਈ ਵੀ ਹੋਵੇ ਉਹਦੇ ਸਾਰੇ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ ਸੀਕੈਂਟ ਸਕੁਅਰ ਥੀਟਾ ਬਰਾਬਰ ਸੀਕੈਂਟ ਸਕੁਅਰ ਥੀਟਾ ਇਕੁਅਲ ਟੂ 1 ਪਲੱਸ tan square theta c option tg option c ਕਿਸੇ ਘਟਨਾ ਦੀ ਸੰਭਾਵਨਾ ਡੈਸ਼ ਤੋਂ ਵੱਡੀ ਜਾਂ ਉਸ ਦੇ ਬਰਾਬਰ ਡੈਸ਼ ਤੋਂ ਛੋਟੀ ਜਾਂ ਉਸ ਦੇ ਬਰਾਬਰ ਹੁੰਦੀ ਹੈ 0 ਤੋਂ ਵੱਡੀ ਜਾਂ ਉਸ ਦੇ ਬਰਾਬਰ 1 ਤੋਂ ਛੋਟੀ ਜਾਂ ਉਸ ਦੇ ਬਰਾਬਰ 0 1 ਪ੍ਰੋਬੈਬਿਲਟੀ ਆਫ ਅਨ ਅਕਰੈਂਸ ਇਵੈਂਟ ਗ੍ਰੇਟਰ ਦੈਨ ਇਕੁਅਲ ਟੂ অর ਲੈਸ ਦੈਨ ਇਕੁਅਲ ਟੂ ਗ੍ਰੇਟਰ ਦੈਨ ਇਕੁਅਲ ਟੂ 0 ਐਂਡ ਲੈਸ ਦੈਨ ਇਕੁਅਲ ਟੂ 1 0 1 ਉਹ ਘਟਨਾ ਦੀ ਸੰਭਾਵਨਾ ਜੋ ਵਾਪਰ ਨਹੀਂ ਸਕਦੀ ਠੀਕ ਹੈ ਕੀ ਸੰਭਾਵਨਾ ਜਿਹੜੀ ਵਾਪਰ ਨਹੀਂ ਸਕਦੀ ਵੀ ਹੋ ਹੀ ਨਹੀਂ ਸਕਦੀ 0 ਪ੍ਰੋਬੈਬਿਲਟੀ ਆਫ ਨਾਟ ਲਾਈਕਲੀ ਇਵੈਂਟ 0 ਚੱਕਰ ਦੀਆਂ ਬਾਤ ਤੋਂ ਬਾਅਦ ਡੈਸ਼ ਮੰਤਰ ਸਪਰਸ਼ ਰਖਾਵਾਂ ਹੋ ਸਕਦੀ ਹਨ ਆ ਸਰਕਲ ਕੈਨ ਹੈਵ ਡੈਸ਼ ਪੈਰਲਲ ਟੈਂਜੈਂਟ ਐਟ ਦਾ ਮੋਸਟ ਕਿੰਨੀਆਂ ਹੋ ਸਕਦੀਆਂ 2 ਮੈਕਸਿਮਮ 2 ਚੱਕਰ ਨੂੰ ਦੋ ਬਿੰਦੂਆਂ ਤੇ ਕੱਟਣ ਵਾਲੀ ਰੇਖਾ ਨੂੰ ਡੈਸ਼ ਕਹਿੰਦੇ ਹਨ ਦਾ ਲਾਈਨ ਇੰਟਰਸੈਕਟਿੰਗ ਅ ਸਰਕਲ ਟੂ ਪੁਆਇੰਟਸ ਇਜ਼ ਕਾਲਡ ਛੇਦਕ ਰੇਖਾ ਸੀਕੈਂਟ ਲਾਈਨ ਠੀਕ ਹੈ ਦ੍ਰਿਸ਼ਟੀ ਰੇਖਾ ਤੋਂ ਉੱਪਰ ਦੇ ਕੋਣ ਨੂੰ ਕਿਹੜਾ ਕੋਣ ਬੋਲਦੇ ਆ ਵੀ ਨਿਵਾਨ ਕੋਣ ਠੀਕ ਹੈ ਦ੍ਰਿਸ਼ਟੀ ਰੇਖਾ ਤੋਂ ਉੱਪਰ ਦਾ ਮੰਨ ਲਓ ਇੱਥੋਂ ਉੱਪਰ ਕੋਈ ਖੜਾ ਹੋਊਗਾ ਇੱਥੇ ਕੋਈ ਚੀਜ਼ ਹੈ ਤਾਂ ਇੱਥੇ ਕੋਈ ਚੀਜ਼ ਹੈ ਇਹ ਸਾਡੀ ਹੈਗੀ ਦ੍ਰਿਸ਼ਟੀ ਰੇਖਾ ਠੀਕ ਹੈ ਲਾਈਨ ਆਫ ਸਾਈਟ ਜਿਹੜਾ ਆ ਐਂਗਲ ਹੈ ਇਹ ਹੈਗਾ ਨਿਵਾਨ ਕੋਣ ਐਂਗਲ ਆਫ ਡਿਪ੍ਰੈਸ਼ਨ ਠੀਕ ਹੈ ਉੱਪਰ ਆ ਨਾ ਇਹ ਦ੍ਰਿਸ਼ਟੀ ਰੇਖਾ ਦੀ ਇਸ ਦਾ ਨਿਵਾਨ ਕੋਣ ਆ ਜਾਏਗਾ -2 -3 ਬਿੰਦੂ ਕਿਹੜੀ ਚੌਥਾਈ ਦੇ ਵਿੱਚ ਹੈ ਜਿਹੜੇ ਕੋਆਰਡੀਨੇਟ ਦੇ ਵਿੱਚ ਹੈ ਵੀ ਇਹ ਥਰਡ ਕੋਆਰਡੀਨੇਟ ਵਿੱਚ ਤੀਜੀ ਚੌਥਾਈ ਵਿੱਚ ਸਮਕੁਣੀ ਤ੍ਰਿਪੱਜ ਵਿੱਚ 90 ਡਿਗਰੀ ਦੇ ਕਿੰਨੇ ਕੋਣ ਹੁੰਦੇ ਹਨ ਹਾਊ ਮਨੀ 90 ਡਿਗਰੀ ਐਂਗਲਸ ਆਰ देयर ਇਨ ਅ ਰਾਈਟ ਐਂਗਲ ਟ੍ਰੈਂਗਲ ਕਿੰਨੇ ਹੁੰਦੇ ਆ ਵੀ ਇੱਕ ਕਿਸੇ ਵੀ ਤ੍ਰਿਪੱਜ ਦੇ ਵਿੱਚ ਬਹੁਤ ਬਹੁਤ ਇੱਕ ਕੋਣ 90 ਡਿਗਰੀ ਦਾ ਹੋ ਸਕਦਾ ਹੈ ਜੇਕਰ ABC ਸਮਰੂਪ ਤ੍ਰਿਪੱਜ DEF ਤਾਂ AB/DE ਤਾਂ AB/DE ਸਮਰੂਪ ਨੇ ਠੀਕ ਹੈ ਸਿਮਿਲਰ ਨਹੀਂ ਤਾਂ ਰੇਸ਼ੋ ਇਕੁਅਲ ਹੋਊਗੀ AB DE ਬਰਾਬਰ ਹੋਊਗਾ BC EF BC EF ਸੈਕੰਡ ਆਪਸ਼ਨ ਨੈਕਸਟ ਹੈ ਇਸ ਅੰਗਣਿਤ ਗ렬ੀ ਵਿੱਚ 10ਵਾਂ ਪਦ ਕੀ ਹੈ 10th ਟਰਮ ਦੱਸਣੀ ਹੈ ਵੀ ਤਾਂ A ਆਪਣੇ ਕੋਲੇ 2 ਹੈ ਸੌਰੀ A ਆਪਣੇ ਕੋਲੇ 4 ਹੈ D ਆਪਣੇ ਕੋਲ 2 ਹੈ ਠੀਕ ਹੈ ਸਾਂਝਾ ਅੰਤਰ 2 ਹੈ ਤੇ ਪਹਿਲਾ ਪਦ 4 ਹੈ ਤਾਂ 10ਵਾਂ ਪਦ ਮਤਲਬ A 9D A ਕਿੰਨਾ ਆਪਣੇ ਕੋਲ 4 9 2 18 18 ਦੇ ਵਿੱਚ 4 ਜੋੜ ਦਾਂਗੇ 22 22 ਆਪਣੇ ਕੋਲੇ ਆਨਸਰ ਆ ਜਾਊਗਾ 4th ਆਪਸ਼ਨ ਠੀਕ ਹੈ 22 ਕਿਹੜੀ ਦੋ ਘਾਤੀ ਸਮੀਕਰਨ ਹੈ ਵਿਚ ਆਫ ਦਾ ਫੋਲੋਇੰਗਸ ਇਕੁਏਸ਼ਨ ਇਜ਼ ਕੁਆਡਰੈਟਿਕ ਤਾਂ ਬਿਲਕੁਲ ਸਿੰਪਲ ਜੀ ਹੈ ਤਾਂ ਪਈ ਆਪਣੇ ਕੋਲੇ ਕੁਆਡਰੈਟ ਇਕੁਏਸ਼ਨ x2 x 4 0 ਰੇਖੀ ਸਮੀਕਰਨਾਂ ਦੇ ਜੋੜੇ ਨੂੰ आलेਖੀ ਵਿਧਿ ਨਾਲ ਹੱਲ ਕਰਨ ਤੇ ਜੇਕਰ ਰੇਖਾਵਾਂ ਸਮਾਂਤਰ ਹੋਣ ਤਾਂ ਕੀ ਹੱਲ ਹੋਏਗਾ ਜੇ ਸਮਾਂਤਰ ਨੇ ਵੀ ਕੋਈ ਹੱਲ ਨਹੀਂ ਹੋਏਗਾ ਇਫ ਲਾਈਨਸ ਆਰ ਪੈਰਲਲ देन देयर विल बी नो ਸੋਲੂਸ਼ਨ ਠੀਕ ਹੈ ਸਿੰਪਲ ਹੈ ਤਾਂ ਸਿਫਰਾਂ ਦੀ ਗਿਣਤੀ ਦੱਸਨੀ ਹੈ ਹਾਊ many ਜ਼ੀਰੋਜ਼ ਆਰ देयर ਕਿੰਨੇ ਵਾਰ ਟੱਚ ਕਰਦਾ ਵੀ ਦੋ ਵਾਰ ਤਾਂ 2 ਜ਼ੀਰੋਜ਼ ਆਰ ਤੇ ਠੀਕ ਹੈ α β ਗੇਜ ਦੀਆਂ ਸਿਫਰਾਂ ਨੇ α β ਕੀ ਹੋਗਾ ਮਤਲਬ ਸਮ ਆਫ ਜ਼ੀਰੋ ਤਾਂ ਸਮ ਆਫ ਜ਼ੀਰੋ -b a 4th অপਸ਼ਨ ਜੇਕਰ ਦੋ ਘਾਤੀ ਸਮੀਕਰਨ ਦੇ ਮੂਲ ਵਾਸਤਵਿਕ ਹੋں ਇਫ ਰੂਟਸ ਆਫ क्वाड्रेटिक इक्वेशन ਆਰ ਰੀਅਲ ਥੈਨ ਡੀ ਮਸਟ ਬੀ ਗ੍ਰੇਟਰ ਔਰ ਇਕੁਅਲ ਟੂ 0 ਜਾਂ ਤਾਂ ਗ੍ਰੇਟਰ ਦੈਨ ਹੋਵੇ ਜਾਂ ਫਿਰ ਇਕੁਅਲ ਟੂ 0 ਤਾਂ ਇਹਨਾਂ ਵਿੱਚੋਂ ਕੋਈ ਨਹੀਂ ਆਪਾਂ ਸਹੀ ਮੰਨ ਲਾਂਗੇ ਗ੍ਰੇਟਰ ਦੈਨ ਇਕੁਅਲ ਟੂ 0 ਆਉਣਾ ਸੀ ਇਹ ਵੀ ਰੀਅਲ ਹੁੰਦੇ ਆ ਵੈਸੇ ਇਹਦੇ ਵੀ ਰੀਅਲ ਹੁੰਦਾ ਦੋਨਾਂ ਲਈ ਪਰ ਅਸਲ ਜਿਹੜੀ ਸਹੀ ਆਪਸ਼ਨ ਬਣੀ ਸੀ ਉਹ ਵਾਨੀ ਸੀ ਵੀ d ਗ੍ਰੇਟਰ ਦਨ ਇਕੁਅਲ ਟੂ 0 ਇਹਨਾਂ ਵਿੱਚੋਂ ਕੋਈ ਨਹੀਂ ਨਨ ਆਫ ਦੀਸ ਇੱਕ ਅਪਾਜ ਸੰਖਿਆ ਦੇ ਕਿੰਨੇ ਗੁਣਨਖੰਡ ਹੁੰਦੇ ਹਨ ਹਾਊ ਮਨੀ ਫੈਕਟਰ ਡੂ ਆ ਪ੍ਰਾਈਮ ਨੰਬਰ ਹੈਵ ਕਿੰਨੇ ਹੁੰਦੇ ਨੇ ਵੀ ਦੋ ਫੈਕਟਰ ਠੀਕ ਹੈ ਇੱਕ ਹੁੰਦਾ ਇੱਕ ਤਾਂ ਇੱਕ ਉਹ ਆਪਣਾ ਆਪ ਹੁੰਦਾ ਹੈ ਵਿਚ ਆਫ ਦਾ ਫਾਲਿੰਗ ਨੰਬਰ ਇਜ਼ ਅ ਰੈਸ਼ਨਲ ਨੰਬਰ ਇਹਨਾਂ ਵਿੱਚੋਂ ਕਿਹੜੀ ਪਰਮੇਸ਼ ਸੰਖਿਆ ਹੈ ਕਿਹੜੀ ਹੈ ਵੀ 5 ਇਹਦਾ ਜਮਾ ਸ਼੍ਰੇਮ ਪਤਾ ਲੱਗ ਜਾਂਦਾ ਫੋਰਥ ਆਪਸ਼ਨ ਸਾਈਨ 90 ਮਾਈਨਸ ਥੀਟਾ ਇਜ਼ ਇਕੁਅਲ ਟੂ ਕੋਸ ਥੀਟਾ ਠੀਕ ਹੈ ਤੀਜੀ ਆਪਸ਼ਨ 1 tan^2 45 1 tan^2 45 1 tan^2 45 0 ਹੋ ਜੂਗਾ ਕਿਉਂਕਿ tan 45 1 ਹੁੰਦਾ ਹੈ ਤਾਂ 0 ਆ ਜੂਗਾ 0 ਕੀ ਦਾ ਮੁੱਲ ਹੁੰਦਾ tan 0 ਦਾ ਫੋਰਥ ਆਪਸ਼ਨ ਇਹਦੇ ਲਈ ਸਹੀ ਆ ਜੂਗੀ tan θ ਕਿੰਨਾ ਹੁੰਦਾ ਵੀ 1/√3 ਪਹਿਲੀ ਆਪਸ਼ਨ cos^2 θ sin^2 θ 1 ਹੁੰਦਾ ਹੈ ਆਪਾਂ ਨੂੰ ਹੱਲ ਕਰਨ ਦੀ ਲੋੜ ਨਹੀਂ ਹੈ ਠੀਕ ਹੈ ਆਇਡੈਂਟੀਟੀ ਆਪਣੇ ਕੋਲ tan θ sin θ cos θ ਠੀਕ ਹੈ ਸੈਕੰਡ অপਸ਼ਨ ਆ ਜਾਊਗਾ ਸਮੀਕਰਨਾਂ 3x 2y 5 6x 4y 5 ਦਾ ਹੱਲ ਹੈ ਤਾਂ ਦੇਖੋ 3 6 ਮਤਲਬ 1 2 2 -4 1 ਪਹਿਲੇ 2 ਬਰਾਬਰ ਨਹੀਂ ਹੈਗੇ ਠੀਕ ਹੈ ਅਗਰ ਪਹਿਲੇ 2 ਬਰਾਬਰ ਨਹੀਂ ਹੈਗੇ ਤਾਂ ਉਸ ਦਾ ਇੱਕ ਵਿਲੱਖਣ ਹੱਲ ਹੋਏਗਾ ਯੂਨੀਕ ਸੋਲੂਸ਼ਨ ਜਿਹੜਾ ਇਹ ਗ੍ਰਾਫ ਹੈ x ਤੁਰੇ ਨੂੰ ਕਿੱਥੇ ਕੱਟਦਾ ਹੈ ਵੀ ਬਿੰਦੂ 2 3 0 ਤੇ 2/3 0 ਤੇ 2/3 0 ਤੇ ਘਟਦਾ ਕਿਉਂਕਿ ਇਹਨੂੰ ਇਕੁਅਲ ਟੂ 0 ਕਰਾਂਗੇ ਬਰਾਬਰ 0 ਕਰ ਦਾਂਗੇ x ਦਾ ਮੁੱਲ 2/3 ਆ ਜਾਊਗਾ x ਤੋਂ ਇਹਨੂੰ ਕੱਟੂਗਾ x ਤੋਂ ਇਹ ਤੇ y 0 ਹੋਊਗੀ ਉੱਥੇ ਠੀਕ ਹੈ ਤਾਂ ਆਪਣੇ ਕੋਲੇ 2/3 0 ਪੁਆਇੰਟ ਦਾ ਗ੍ਰਾਫ ਆਫ ax b ਕਿਹੜਾ ਹੈ ਇਕੁਏਸ਼ਨ ਕਿਹੜਾ ਬਹੁਪਾਦ ਹੈ ਵੀ ਇਹ ਪੋਲੀਨੋਮੀਅਲ ਲੀਨੀਅਰ ਹੈ ਠੀਕ ਹੈ ਰੇਖੀ ਹਾਂ ਤਾਂ ਇਹਦਾ ਗ੍ਰਾਫ ਸਰਲ ਰੇਖਾ ਹੋਏਗਾ ਸਟ੍ਰੇਟ ਲਾਈਨ ਅੱਗੇ ਦੋ ਭਾਤੀ ਬਹੁਪਾਦੀਆਂ ਸਿਫਰਾਂ ਦਾ ਜੋੜ ਕਿੰਨਾ ਹੋਗਾ ਸਮ ਆਫ ਜ਼ੀਰੋ ਤਾਂ ਮਾਈਨਸ b/a ਹੁੰਦਾ b a ਦੇ ਵਿੱਚ ਹੈ ਨਹੀਂ b 0 ਹੈ ਇਸ ਕਰਕੇ ਸਿਫਰਾਂ ਦਾ ਜੋੜ ਕਿੰਨਾ ਹੋਏਗਾ 0 ਹੋਏਗਾ ਪਹਿਲੀ ਆਪਸ਼ਨ ਸਹੀ ਆ ਜੂਗੀ ਰੇਖੀ ਬਹੁਪਾਦੀ ਘਾਤ ਕਿੰਨੀ ਹੁੰਦੀ ਹੈ ਵੀ 1 ਹੁੰਦੀ ਹੈ ਤਾਂ ਸਿੰਪਲੀਅਰ ਸੈਕੰਡ 847 ਦਾ ਭਾਜ ਗੁਨਖੰਡਕਨ ਜਦੋਂ ਇਹਨੂੰ ਗੁਣਾ ਕਰਾਂਗੇ ਇਹਦੇ ਗੁਨਖੰਡ ਬਣਾਵਾਂਗੇ ਆਪਾਂ ਫੈਕਟਰ ਬਣਾਵਾਂਗੇ ਇਹਦੇ ਗੁਨਖੰਡਾਂ ਇਹ ਮੰਨ ਕੇ 7 11 11 7 11 ਦੀ ਘਾਤ 2 ਪਹਿਲੀ ਆਪਸ਼ਨ ਸਹੀ ਆ ਜੂਗੀ ਜੇ ਇਹ ਦੋ ਅਪਹਾਜ ਸੰਖਿਆਵਾਂ ਨੇ p ਅਤੇ q ਤਾਂ ਇਹਨਾਂ ਦਾ ਲਸਵਾਬਾ ਕੀ ਹੋਏਗਾ ਇਹਨਾਂ ਦੋਵਾਂ ਦੀ ਗੁਣਾ ਹੋਏਗੀ pq ਠੀਕ ਹੈ ਇਫ p ਐਂਡ q ਆਰ ਕੋਪ੍ਰਾਈਮ ਨੰਬਰ ਠੀਕ ਹੈ ਤਾਂ ਐਲਸੀਐਮ pq ਹੋਏਗਾ ਤਾਂ ਇਹ ਸੀ ਕਿ ਆਪਣੇ ਮੈਥ ਪਾਰਟ ਦੇ 35 ਕੁਐਸਚਨ ਮੀ ਦਾ ਵੀ ਤੁਹਾਡੇ ਇਹ ਸਾਰੇ ਸਹੀ ਹੋਣਗੇ ਥੈਂਕ ਯੂ ਬੇਟਾ